ਮੈਂ ਇਸ ਜਾਗੀਰ ਦਾ ਛੋਟਾ ਜਿਹਾ ਜ਼ਿੰਮੇਦਾਰ। ਕਿਦਾ ਡੰਗ ਹੈ ਲੜਿਆ ਚੜਿਆ ਰੰਗ ਚੜਿਆ ਮੋਏ ਰੰਗ ਚੜਿਆ ਤੇਰੀ ਇਸ਼ਕ ਦਾ ਰੰਗ ਚੜਿਆ ਰੰਗ ਚੜਿਆ ਮੋਏ ਰੰਗ ਚੜਿਆ ਤੇਰੀ ਇਸ਼ਕ ਦਾ ਰੰਗ ਚੜਿਆ। ਨਾ ਡੋਲਾ ਹੋਸੀ ਆਈ ਕੋਈ ਰੋਲਾ ਬਸ। ਬਾਊ ਜੀ ਨੂੰ ਪਤਾ ਹੈ ਕਿ ਦੁਸ਼ਮਣੀ ਚ ਨਿਉਂਦਰਾ ਵੱਧ ਕੇ ਪਾਈਦਾ। ਪਹਿਲੀ ਵਾਰੀ ਵੇਖਿਆ ਕਿ ਕਾਤਲ ਮਕਤੂਲ ਦੀ ਕਬਰ ਤੇ ਫੁੱਲ ਪਾਉਣ ਆਇਆ। ਬਾਊ ਜੀ ਦੋ ਚਾਰ ਦਿਨ ਚ ਸਮਝ ਆਉਣ ਵਾਲੀ ਚੀਜ਼ ਦਾ ਨਾਂ ਨਹੀਂ। ਬਾਊ ਜੀ ਇੱਕ ਕਿਤਾਬ ਹੈ ਜਿਹਨੂੰ ਪੜ੍ਹਨ ਵਾਸਤੇ ਦਿਮਾਗ ਨਹੀਂ ਦਿਲ ਚਾਹੀਦਾ। ਉਹਨਾਂ ਨੇ ਸਾਨੂੰ ਘਰ ਬੁਲਾ ਕੇ ਬੇਇੱਜ਼ਤ ਕੀਤਾ। ਯੇ ਆਪ ਕਿਆ ਕਹਿ ਰਹੇ ਪਾਪਾ, ਮੈਂ ਵਾਂ ਸ਼ਾਦੀ ਨਹੀਂ ਕਰੂੰਗੀ। ਇਸ ਪਿਆਰ ਦੀ ਵਜ੍ਹਾ ਪੁੱਛ ਸਕਣਾ? ਨਫ਼ਰਤ ਕੀ ਵਜ੍ਹਾ ਹੋਤੀ ਹੈ ਪਾਪਾ, ਪਿਆਰ ਕੀ ਨਹੀਂ। ਇਰਮ ਨਾਲ ਗੱਲ ਹੋ ਸਕਦੀ? ਇਰਮ ਦੀ ਮੰਗਣੀ ਹੈ ਕਿਆ ਦਿਲ ਕਾ ਕਿਸ ਕੋ ਦਿਖਾਏ ਮਰ ਜਾਣਾ ਮਨੋਰੰਜਨ ਮੇਰਾ ਮਤਲਬ ਹੈ ਕੋਈ ਡਾਂਸ ਵਾਂਸ। ਹੋਸੀ ਪਰ ਅੱਜ ਤੋਂ ਬਾਅਦ